ਇਹ ਰਾਤ ਰੇਲਵੇ ਸਟੇਸ਼ਨ ਨੂੰ ਥਾਣਾ ਨਾਜ ਮੰਡੀ ਦੇ ਨੇੜੇ ਜੋ ਪੈਂਦਾ ਉੱਥੇ ਕੁਨਾਲ ਸਰਦਾਨਾ ਇਲੀ ਸਾਜਨ ਨਾਂ ਦਾ ਲੜਕਾ ਸੀ ਜੋ ਆਪਣੇ ਬ੍ਰਦਰ ਤੇ ਕੁਝ ਸਾਥੀਆਂ ਨਾਲ ਉੱਥੋਂ ਜਾ ਰਿਹਾ ਸੀ ਤਾਂ ਉੱਥੇ ਇਹਨਾਂ ਦਾ ਕੁਝ ਉੱਥੇ ਉਹਨਾਂ ਨਾਲ ਝਗੜਾ ਵਗੈਰਾ ਹੋ ਗਿਆ ਜੋ ਇਹਨਾਂ ਦੀ ਐਂਟੀ ਪਾਰਟੀ ਸੀ ਕੋਈ ਹਿਤੇਸ਼ਵਰ ਘੋੜਾ ਤੇ ਕੋਈ ਨੀਰਜ ਨਿੰਜਾ ਨਾਂ ਦੇ ਵਿਅਕਤੀਆਂ ਨਾਲ ਜਿਨ੍ਹਾਂ ਨੇ ਦੌਰਾਨੇ ਕਲੈਸ਼ ਉੱਥੇ ਉਹਨਾਂ ਤੇ ਚਾਕੂਆਂ ਤੇ ਕਿਰਚਾਂ ਨਾਲ ਹਮਲਾ ਕਰਤਾ ਜਿਸ ਨਾਲ ਇਹਦੀ ਦੌਰਾਨੇ ਰਜਿੰਦਰਾ ਇਲਾਜ ਦੇ ਵਿੱਚ ਮੌਤ ਹੋ ਗਈ ਤੇ ਚਾਰ ਵਿਅਕਤੀ ਹੈ ਜੋ ਇੰਜਰਡ ਨੇ ਜੋ ਦੌਰਾਨੇ ਇਲਾਜ ਨੇ ਇਹਨਾਂ ਨੇ ਦੱਸਣ ਮੁਤਾਬਕ ਇਹਨਾਂ ਦੀ ਕੋਈ ਪੁਰਾਣੀ ਤਕਰਾਰਬਾਜ਼ੀ ਆਪਸ ਦੇ ਵਿੱਚ ਚੱਲਦੀ ਸੀ ਉਹ ਚੈੱਕ ਕਰ ਰਹੇ ਹਾਂ ਨਹੀਂ ਫਿਲਹਾਲ ਕੋਈ ਨਹੀਂ ਭਾਈ ਕੀ ਨਾਮ ਹੈ ਮੇਰਾ ਨਾਮ ਅਮਿਤ ਹੈ ਕੀ ਗੱਲ ਹੋਈ ਹੈ ਸਾਰੀ ਹੈ ਜਿਹੜੀ ਐਜ਼ ਇਟ ਇਜ਼ ਗੱਲ ਇਹ ਹੋਈ ਅਸੀਂ ਸਾਰੇ ਖੜੇ ਸੀਗੇ ਉਧਰੋਂ ਆਏ ਆ ਕੇ ਮਤਲਬ ਲਾਈਕ ਆ ਕੇ ਕਾਫੀ ਬਦਤਮੀਜ਼ੀ ਨਾਲ ਬਿਹੇਵ ਕਰ ਰਹੇ ਸੀਗੇ ਸੋ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਅਸੀਂ ਠੰਡਾ ਠੰਡਾ ਕਰਕੇ ਕਿ ਚਲੋ ਜੀ ਕੋਈ ਨਹੀਂ ਚਲੋ ਤੁਸੀਂ ਆਪਣੇ ਰਾਹ ਜਾਓ ਅਸੀਂ ਆਪਣੇ ਰਾਹ ਨਿਕਲੀਏ ਅਤੇ ਚਾਰ ਮੁੰਡੇ ਪਿੱਛੇ ਹੋ ਗਏ ਦੋ ਜਿਹੜੇ ਅੱਗੇ ਸੀਗੇ ਇੱਕ ਦੂਜੇ ਦਾ ਨਾਮ ਸੀ ਉਹਦਾ ਇੱਕ ਦਾ ਨਾਮ ਸੀਗਾ ਨਿੰਜਾ ਇੱਕ ਦਾ ਨਾਮ ਘੋੜਾ ਅਤੇ ਘੋੜਾ ਮੇਰੇ ਬ੍ਰਦਰ ਨੂੰ ਮਤਲਬ ਲਾਈਕ ਪਕੜ ਕੇ ਮਤਲਬ ਜੱਫੀ ਪਾ ਕੇ ਥੋੜ੍ਹਾ ਦੂਰ ਤੱਕ ਲੈ ਗਿਆ ਤਾਂ ਉਸ ਤੋਂ ਬਾਅਦ ਇੱਧਰਲੀ ਸਾਈਡ ਉਹ ਆਪਸ ਹੀ ਇੱਕ ਦੋ ਤਿੰਨ ਮੁੰਡੇ ਆਪਸ ਹੀ ਬਹਿਸ ਕਰ ਰਹੇ ਸੀਗੇ ਤਾਂ ਉੱਧਰੋਂ ਦੇਖਿਆ ਮੇਰਾ ਬ੍ਰਦਰ ਖੂਨ ਨਾਲ ਲੱਦਿਆ ਆ ਰਿਹਾ ਸੀਗਾ ਪੁਰਾਣੇ ਰੰਜਿਸ਼ ਵਗੈਰਾ ਸੀ ਕੋਈ ਨਹੀਂ ਕੁਝ ਆਈਡੀਆ ਨਹੀਂ ਹੈ ਇਸ ਚੀਜ਼ ਦਾ ਕਿ ਹੋਏਗੀ ਨਹੀਂ ਤਾਂ ਐਵੇਂ ਕੋਈ ਪੇਟ 'ਚ ਤਾਂ ਨਹੀਂ ਮਾਰਦਾ ਹੋ ਵੀ ਸਕਦੀ ਹੈ ਐਸਾ ਤਿਉਹਾਂ ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ ਦੇਖੋ ਕੀ ਨਾਮ ਹੈ ਬ੍ਰਦਰ ਦਾ ਆਪਣੇ ਦਾ ਕੁਨਾਲ ਸੜਾਨਾ ਸਾਜਨ ਕੀ ਕੰਮ ਕਰਦਾ ਸੀ ਇਹ ਮੈਡੀਕਲ ਰੈਪਚਰ ਨੇ ਫੈਮਿਲੀ ਵਗੈਰਾ 'ਚ ਕੌਣ ਹੈ ਇਹਨਾਂ ਦੀ ਵਾਈਫ ਹੈ ਬੇਟੀ ਹੈ ਮੰਮੀ ਪਾਪਾ ਹੈ ਮੈਂ ਹਾਂ ਬ੍ਰਦਰ ਦਾ ਬੜਾ ਦੋ ਸਿਸਟਰ ਨੇ ਪੇਟ ਚ ਮਾਰਿਆ ਉਹਨਾਂ ਨੇ ਸਾਡੇ ਚੜਾਉਣ ਵਾਲੇ ਪੰਜ ਬੰਦੇ ਹੋਰ ਫੱਟੜ ਕੀਤੇ ਨੇ ਜਿਹੜੇ ਉਧਰ ਹਾਲੇ ਵੀ ਐਡਮਿਟ ਨੇ ਇੱਕ ਦਾ ਅੰਗੂਠਾ ਕੱਟਿਆ ਗਿਆ ਇੱਕ ਦੀ ਛਾਤੀ ਚ ਲੱਗਿਆ ਪੇਟ ਚ ਲੱਗਿਆ ਉਹ ਸਾਰੇ ਹਾਲੇ ਉਧਰ ਐਡਮਿਟ ਨੇ ਬਟ ਮੇਰੇ ਬ੍ਰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਉਹ ਭੱਜ ਗਏ ਤੇ ਬੰਦੇ ਜਿਹੜੇ ਨਾਲ ਗਏ ਹਾਂ ਮੈਂ ਕਿਉਂਕਿ ਬ੍ਰਦਰ ਨੂੰ ਲੈ ਕੇ ਹਸਪੀਟਲ ਨਿਕਲ ਗਿਆ ਸੀਗਾ ਆਪਣੇ ਤੇ ਪਿੱਛੋਂ ਨਹੀਂ ਪਤਾ ਉਹ ਕਿੱਥੇ ਗਏ ਕਿੱਧਰ ਨਹੀਂ ਗਏ